ਮੁੰਡਾ ਟੁੰਡਾ ਟੁੰਡਾ ਹੁੰਦਾ ਤੇ ਮੈਂ ਇੱਕ ਹੱਥ ਤੇ ਦਸਤਾਨਾ ਪਾਇਆ ਹੋਣਾ ਸੀ। ਵੈਸੇ ਮੈਨੂੰ ਸਮੀਰ ਕਹਿੰਦੇ ਨੇ। ਕੌਣ ਕਹਿੰਦੇ ਨੇ? ਜਿਨ੍ਹਾਂ ਦੇ ਜ਼ਮੀਰ ਸੁੱਤੇ ਹੋਣ ਉਹ ਸਮੀਰ ਕਹਿੰਦੇ ਨੇ। ਪਰ ਮੈਂ ਇੱਥੇ ਮਰੇ ਇੱਥੇ ਤੈਨੂੰ ਮੈਂ ਲੈ ਕੇ ਆਇਆ ਤੇ ਜਿੱਥੇ ਤੂੰ ਖਲੋਤੀ ਹੈ ਇਹ ਮੇਰਾ ਇਕਲੌਤਾ ਕਮਰਾ ਹੈ ਤੇ ਜਿਹੜੀ ਤੂੰ ਚਾਦਰ ਲਪੇਟੀ ਹੈ ਇਹਦਾ ਜੇ ਮੈਂ 250 ਰੁਪਇਆ ਦੇਣਾ ਹੈ। ਬਾਹਰ ਤੋਂ ਇੰਜ ਭੱਜ ਭੱਜ ਵੇਖਣ ਨਹੀਂ ਜਿਵੇਂ ਸਾਈਕਲ ਬਗੈਰ ਤਾਲੇ ਤੋਂ ਖਿਲਾਰ ਕੇ ਆਈ। ਤੂੰ ਵੀ ਕੁਛ ਮੂੰਹੋਂ ਫੁੱਟ ਲਾ ਕੇ ਕੌਣ ਆ ਕਿੱਥੋਂ ਆਈ? ਮੇਰੀ ਜੁੱਤੀ ਕਿੱਥੇ ਆ? ਜੁੱਤੀ ਉਹ ਵੇਚ ਕੇ ਤੇ ਰਕਸ਼ੇ ਵਾਲੇ ਨੂੰ ਕਿਰਾਇਆ ਦਿੱਤਾ। ਪੈਂਠਾਂ ਦੀ ਜੁੱਤੀ ਵੀ ਕੀ 50 ਰਕਸ਼ੇ ਵਾਲੇ ਨੂੰ ਦੇਤੇ ਤੇ 15 ਰੁਪਏ ਦਾ ਐਤਰੰਗ ਦੁੱਧ ਦਾ ਡੱਬਾ ਲਿਆ ਕੇ ਚਾਹ ਬਣਾ ਲਈ। 65 ਰੁਪਏ ਦੀ ਉਹ ਵੀ ਨਗਾਂ ਲਈ ਜੁੱਤੀ? 100 ਦੀ ਵੀ ਵਿਕ ਸਕਦੀ ਸੀ ਲੇਕਿਨ ਤੂੰ ਇੱਕ ਪੈਰ ਦੀ ਅੱਡੀ ਬੜੀ ਕਸਾਈ ਹੋਈ ਸੀ। ਤੇਰੇ ਖਾਨਦਾਨ ਚੋਂ ਕਿਸੇ ਨੇ ਇਹੋ ਜਿਹੀ ਜੁੱਤੀ ਨਹੀਂ ਪਾਈ ਹੋਣੀ। ਇਹ ਤੇਰੀ ਪੋਲੇ, ਇਸ ਤੋਂ ਵੀ ਕਈ ਮਹਿੰਗੀਆਂ ਮਹਿੰਗੀਆਂ ਜੁੱਤੀਆਂ ਮੈਂ ਕਈ ਵਾਰੀ ਖਾਧੀਆਂ ਨੇ।